खान पीन का भी सिस्टम पूरा है। दूजे यात्री दूजी शिप जा रहे है। हाँ जी, सत श्रीकाल जी सारे। ਤੇ ਪਿਛਲੇ ਵਲੌਗ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਇਤਿਹਾਸਕ ਗੁਰਦੁਆਰਾ ਧੂਬਰੀ ਸਾਹਿਬ ਦੇ, ਤੇ ਇਸ ਵਲੌਗ ਦੇ ਅਸੀਂ ਪਲਾਨ ਬਣਾਇਆ ਹੈਗਾ ਬੋਟਿੰਗ ਕਰਨ ਦਾ, ਕਿਉਂਕਿ ਇੱਥੇ ਨਜ਼ਦੀਕ ਹੀ ਹੈ, ਨੇੜੇ ਹੀ ਇੱਕ ਦੋ ਗਲੀਆਂ ਦਾ ਫਾਸਲਾ ਹੀ ਹੈ ਗੁਰਦੁਆਰਾ ਸਾਹਿਬ ਦੇ ਕੋਲ, ਤੇ ਸਾਰੀ ਸੰਗਤ ਦਾ ਮਨ ਹੈ ਕਿ ਉੱਥੇ ਜਾ ਕੇ ਬੋਟਿੰਗ ਕੀਤੀ ਜਾਵੇ। ਤੇ ਇੱਥੇ ਬੇੜੀਆਂ ਚੱਲਦੀਆਂ ਹੈਗੀਆਂ ਤੇ ਇਲੈਕਟ੍ਰੋਨਿਕ ਵੀ ਹੈ ਤੇ ਹੱਥੀ ਵੀ ਜਿਹੜੇ ਚਾਪੂ ਜਿਹੇ ਚੱਲਦੇ ਹੈਗੇ ਆ। इस विच असी सारा तुहानू दिखावांगे कि आसाम दे विच किद्दां बोटिंग ते जिहड़ा है लोकी यात्रा करदे है ते किवें चलदी है, किवें हत्थां नाल चलांदे है, चापूआं नाल या जनरेटर नाल, आपां वी सारा देखदे हां क्योंकि हजे असी वी जाके नहीं आए, ते जाके तुहानू सारा असी दिखाने हां कि उत्थे दा माहौल है, क्योंकि साडे नाल ज्यादा जिहड़े हैगे सीनियर सिटीजन आए होए आ ते उहनां नू उहनां दे मन च बड़ा चाह हैगा, ते उह कहिंदे वी आपां जाणा ही जाणा हैगा, तां उहनां दा जिहड़ा चाह पूरा करके आउणे आपां, उहनां नू आपां प्लान दस्सिया है। ते ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ, ਜੇ ਚੰਗਾ ਲੱਗੇ ਤਾਂ ਵਲੌਗ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਪ੍ਰਤਿਮਾ ਦੇ ਵਿੱਚ ਅਸੀਂ ਕਰਾਂਗੇ ਜੀ ਸਫ਼ਰ, ਤੇ ਤੁਹਾਨੂੰ ਵੀ ਦਿਖਾਉਂਦੇ ਆ ਕਿਵੇਂ ਦਾ ਲੱਗਦਾ, ਤੇ ₹1000 ਦਾ ਕਿਰਾਇਆ, ਤੇ ਭਾਵੇਂ ਇਹਦੇ 'ਚ ਤੁਸੀਂ 50 ਬੰਦੇ ਚੜ੍ਹ ਜਾਓ ਤੇ ਭਾਵੇਂ 20 ਚੜ੍ਹ ਜਾਓ ਤੇ ਭਾਵੇਂ 10 ਚੜ੍ਹ ਜਾਓ, ਇਹਨਾਂ ਨੇ ਆਪਣੇ ਤੋਂ ₹1000 ਹੀ ਲੈਣਾ। ਤੇ ਇਹਦੇ ਵਿੱਚ ਸਵਾਰੀ ਕਰਨ ਦੇ ਵਾਸਤੇ ਅੱਜ ਇੱਕ ਦਿਨ ਹੋਰ ਵਧਾ ਲਿਆ ਸੀ ਆਪਣੀ ਯਾਤਰਾ ਦਾ, ਕਿਉਂਕਿ ਇੱਥੇ ਰੋਜ਼ ਰੋਜ਼ ਨਹੀਂ ਆਇਆ ਜਾਂਦਾ, ਤੁਹਾਨੂੰ ਵੀ ਪਤਾ 2500 ਕਿਲੋਮੀਟਰ ਦਾ ਸਫ਼ਰ ਕਰਕੇ ਆਏ ਆ, ਤੇ ਜਿਹੜਾ ਇਹੋ ਜਿਹਾ ਨਜ਼ਾਰਾ ਵੀ ਨਹੀਂ ਕਿਤੇ ਮਿਲਦਾ ਹੈਗਾ, ਤਾਂ ਅਸੀਂ ਅੱਜ ਦੇਖ ਸਕਦੇ ਹੋ ਕਿੰਨਾ ਕੁਦਰਤੀ ਨਜ਼ਾਰਾ ਹੈ ਤੁਸੀਂ। ਤੇ ਫੋਰਨ ਦੇ ਵਿੱਚ ਤਾਂ ਮੈਂ ਚਾਹੇ ਕਈ ਵਾਰੀ ਦੇਖ ਲਿਆ, ਪਰ ਇੰਡੀਆ ਦੇ ਵਿੱਚ ਜਿਹੜਾ ਹੈਗਾ ਇਹ ਮੈਂ ਵੀ ਪਹਿਲੀ ਵਾਰੀ ਦੇਖ ਰਿਹਾ, ਤਾਂ ਬਹੁਤ ਹੀ ਦਿਲਕਸ਼ ਨਜ਼ਾਰਾ ਇਹ, ਤੇ ਤੁਹਾਨੂੰ ਕਰਾਵਾਂਗੇ, ਸਾਰੀ ਸੰਗਤ ਨੂੰ ਵੀ ਅਸੀਂ ਇਹਦੇ ਬਾਰੇ ਦੱਸਿਆ, ਕਿਉਂਕਿ ਅਸੀਂ ਐਕਸਪਲੋਰ ਕਰਦੇ ਰਹਿੰਦੇ ਨਾਲ ਨਾਲ, ਤਾਂ ਉਹਨਾਂ ਨੂੰ ਬੜੀ ਖੁਸ਼ੀ ਹੋਈ, ਕਹਿੰਦੇ ਵੀਰ ਇਹ ਤਾਂ ਤੁਸੀਂ ਬੜੀ ਵਧੀਆ ਚੀਜ਼ ਲੱਭੀ। ਆ ਜਿਹੜੀ MV ਪ੍ਰਤਿਭਾ ਇਹ ਕਹਿੰਦੇ ਕਿ 2:30 ਵਜੇ ਜਾਂਦੀ ਹੈ ਤੇ ਸਵੇਰੇ ਆਉਂਦੀ ਹੈ ਬਹੁਤ ਘੰਟੇ ਲਾ ਕੇ, ਤਾਂ ਆ ਜਿਹੜੀ ਸ਼ਿਪ ਹੈ ਉਹਦੇ ਵਿੱਚ ਅਸੀਂ ਸਫ਼ਰ ਕਰਦੇ ਹਾਂ, ਦੇਸੀ ਕਿਸ਼ਤੀ ਦੇ ਵਿੱਚ, ਕਿਸ਼ਤੀ ਦੇ ਵਿੱਚ ਅਸੀਂ ਸਵਾਰ ਹੋ ਗਏ ਹਾਂ, ਤੇ ਜਿਹੜੀ ਕਿਸ਼ਤੀ ਦਾ ਸਫ਼ਰ ਸ਼ੁਰੂ ਹੋਣ ਵਾਲਾ, ₹50 ਸਵਾਰੀ ਇਹਨਾਂ ਨੇ ਰੱਖੀ ਆ ਕਿਸ਼ਤੀ ਦੀ, ਤੇ ਤੁਸੀਂ ਦੇਖ ਸਕਦੇ ਹੋ ਨਜ਼ਾਰਾ ਲੈਂਦੇ ਹਾਂ ਜੀ, ਨਾਲ ਨਾਲ ਸਮੁੰਦਰ ਦਾ ਵੀ, ਯਾਤਰਾ ਤੇ ਜ਼ਰੂਰ ਆਏ ਹੋਏ ਹਾਂ, ਦਰਸ਼ਨ ਕਰ ਲਿਆ ਅਸੀਂ, ਤੇ ਹੁਣ ਸੰਗਤ ਜਿਹੜੀ ਹੈ ਕਿਸ਼ਤੀ ਦੇ ਵਿੱਚ ਬੈਠ ਗਈ ਹੈ, ਬਹੁਤ ਖੁਸ਼ ਹੋ ਰਹੀ ਹੈ, ਚੱਲ ਪਈ ਹੈ ਜੀ ਕਿਸ਼ਤੀ, ਬੋਲੇ ਸੋ ਨਿਹਾਲ ਸਿਆ ਗਾਲ, ਕਿਸ਼ਤੀ ਚੱਲ ਪਈ ਸਿਆ ਗਾਲ, ਰੈਡੀ ਹੋ ਰੈਡੀ ਦੇਖੋ ਪੰਜਾਬੀਆਂ ਦਾ ਜਿਹੜਾ ਇਹ ਰੱਬ ਨੂੰ ਨੀ ਭੁੱਲਦੇ ਜਿੱਥੇ ਮਰਜ਼ੀ ਪਹੁੰਚ ਜਾਣ, ਤੇ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਹ ਸ਼ੁਰੂ ਹੋ ਚੁੱਕਿਆ ਇਸ ਟਾਈਮ, ਕਿਉਂਕਿ ਕਹਿੰਦੇ ਧਾਰਮਿਕ ਟੂਰ ਤੇ ਧਾਰਮਿਕ ਹੀ ਗੱਲ ਹੋਵੇ, ਐਵੇਂ ਵੀ ਇਹਨਾਂ ਦੀ ਸਾਨੂੰ ਸੋਚ ਵਧੀਆ ਲੱਗੀ, ਸਾਡਾ ਪਰ ਜਿਹੜਾ ਸੁਪਨਾ ਸੀਗਾ ਉਹ ਤੇ ਸੀਗਾ MB ਜਿਹੜਾ ਸੀਗਾ ਤੁਹਾਨੂੰ ਦਿਖਾਇਆ, ਪਰ ਉਹ ਜਿਹੜਾ ਉਹਦੇ ਕਹਿਣ ਦੇ ਮੁਤਾਬਕ ਵੀ ਉਹ ਕੱਲ ਚੱਲੇਗਾ, ਤਾਂ ਅੱਜ ਅਸੀਂ ਪ੍ਰੇਤ ਤੇ ਜਾ ਰਹੇ ਹਾਂ, ਤਾਂ ਕਿਆ ਬਾਤ ਆ ਯਾਰ, ਜਮਾ ਦੇਸੀ ਜਗਾੜ ਹੈ ਤੇ ਘੈਂਟ ਗੱਲਬਾਤ ਆ, ਹਰੇਕ ਦੇ ਚਿਹਰੇ ਤੇ ਗਲੋ ਹੈ, ਤੇ ਜਵਾਨੀ ਦੇ ਜਿਹੜੇ ਦਿਨ ਯਾਦ ਆ ਗਏ ਸਾਰਿਆਂ ਨੂੰ, ਕਿਉਂਕਿ ਜਿਹੜੀ ਸਾਡੇ ਨਾਲ ਸੰਗਤ ਹੈ 50+ ਹੀ ਨੇ ਸਾਰੇ, ਤੇ ਅਸੀਂ ਇਹਨਾਂ ਦੇ ਵਿੱਚ ਬਹੁਤ ਆਨੰਦ ਮਾਣ ਰਹੇ ਹਾਂ, ਤੇ ਜ਼ਿੰਦਗੀ ਬਾਰੇ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਬੱਸ ਦੇ ਵਿੱਚ ਸੰਗਤ ਤੋਂ, ਤੇ ਹਰੇਕ ਕੋਲੇ ਜਿਹੜਾ ਆਪਣੀ ਲਾਈਫ ਦਾ ਸਾਰੀ ਸਾਰੀ ਉਮਰ ਦਾ ਤਜਰਬਾ ਹੈਗਾ, ਅਸੀਂ ਇਹਨਾਂ ਤੋਂ ਗ੍ਰਹਿਣ ਕਰ ਰਹੇ ਹਾਂ, ਤੇ ਬੜਾ ਕੁਝ ਇਹਨਾਂ ਤੋਂ ਜਿਹੜਾ ਹੈਗਾ ਸਿੱਖਣ ਨੂੰ ਮਿਲ ਰਿਹਾ, ਤੇ ਅੱਜ ਦੇ ਜਿਹੜੇ ਦੌਰ ਦੇ ਵਿੱਚ ਇਹਨਾਂ ਨੂੰ ਸਭ ਕੁਝ ਕਿਹੜੀਆਂ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਹੈ, ਕੀ ਚੁਣੌਤੀਆਂ ਨੇ, ਸਭ ਕੁਛ ਕਾਫੀ ਕੁਛ ਸਿੱਖਣ ਨੂੰ ਮਿਲਿਆ, ਤੇ ਕੁੱਲ ਮਿਲਾ ਕੇ ਜਿਹੜਾ ਹੈਗਾ ਤੁਸੀਂ ਦੇਖੋ ਆਸਾਮ ਜਿਹੜਾ ਲੋਕਲ ਸਿਟੀਜਨ ਹੈਗਾ ਉਹ ਜਿਹੜਾ ਸਾਨੂੰ ਗਾਈਡ ਕਰ ਰਿਹਾ, ਤੇ ਉਹ ਬੈਠਾ ਚੋਟੀ ਤੇ ਬੈਠਾ ਗਾ ਤਿਰੰਗਾ ਝੰਡਾ ਲਗਾ ਕੇ, ਤਾਂ ਉਹ ਜਿਹੜਾ ਦਰਖਤ ਵੀ ਤੁਸੀਂ ਦੇਖ ਸਕਦੇ ਹੋ ਗੁੰਬਦ ਦੇ ਨਾਲ, ਜਿਹੜਾ ਉਹ ਕਿੰਨੀ ਉਚਾਈ ਤੇ ਜਾ ਕੇ ਹੈਗਾ ਮੌਜੂਦ ਹੈਗਾ,
ਜਿਹੜਾ ਹਵਾ ਚ ਉੱਡਿਆ ਸੀ ਤੇ ਧੌੜੀ ਸਾਹਿਬ ਦੇ ਵੀ ਤੁਸੀਂ ਇੱਥੋਂ ਬਹਿ ਕੇ ਜਿਹੜੇ ਦਰਸ਼ਨ ਕਰ ਸਕਦੇ ਹੋ ਤੇ ਇੱਥੇ ਨੇੜੇ ਨੇੜੇ ਕਾਫੀ ਹਿੰਦੂ ਟੈਂਪਲ ਵੀ ਹੈਗੇ ਆ ਪ੍ਰਾਚੀਨ ਮੰਦਿਰ ਤੇ ਇੱਥੋਂ ਦਾ ਜਿਹੜਾ ਲੋਕਲ ਭਾਈਚਾਰਾ ਬਹੁਤ ਵਧੀਆ ਇਹਨਾਂ ਸਾਰਿਆਂ ਦਾ ਇੱਕ ਦੂਜੇ ਨਾਲ ਬਹੁਤ ਪਿਆਰ ਹੈ ਤਾਂ ਤੁਸੀਂ ਦੇਖ ਸਕਦੇ ਹੈਗੇ ਹੋ ਕਿਹੜਾ ਨਜ਼ਾਰਾ ਹੈ ਨਾ ਵੱਖਰੇ ਹੀ ਤਰੀਕੇ ਦਾ ਜਿਹੜਾ ਹੈਗਾ ਨਜ਼ਾਰਾ ਹਾਕੀ ਰਾਈਡ ਹੈ ਪੂਰੀ ਇਹ ਜਿਹੜਾ ਯਾਤਰਾ ਦਾ ਹਿੱਸਾ ਤਾਂ ਨਹੀਂ ਹੈ ਪਰ ਇਹ ਇੰਜੋਇਮੈਂਟ ਦਾ ਹਿੱਸਾ ਜ਼ਰੂਰ ਐਂਟਰਟੇਨਮੈਂਟ ਦਾ ਹਿੱਸਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਸੰਗਤ ਹੈ ਉਹ ਵੀਡੀਓ ਕਾਲਾਂ ਦੇ ਮਸਤ ਹੋ ਗਈ ਹੈ ਤੇ ਆਪਦੇ ਬੱਚਿਆਂ ਨੂੰ ਜਿਹੜੇ ਸਾਰੇ ਦਿਖਾ ਰਹੇ ਹੈ ਕਿ ਹਾਂ ਵੀ ਅਸੀਂ ਘੁੰਮ ਰਹੇ ਹਾਂ ਕਿਉਂਕਿ ਉਹਨਾਂ ਦੇ ਬੱਚੇ ਦੇਖ ਕੇ ਬਹੁਤ ਖੁਸ਼ ਹੋ ਰਹੇ ਹੈ ਸਾਰਿਆਂ ਦੇ ਵੀਡੀਓ ਕਾਲਾਂ ਤੇ ਇਹਦੇ ਵਿੱਚ ਹੋਰ ਵੀ ਸਮੁੰਦਰੀ ਬੇੜੇ ਚੱਲਦੇ ਹੈਗੇ ਉਹ ਵੀ ਤੁਹਾਨੂੰ ਦਿਖਾਉਣੇ ਆ ਜਿਹੜਾ ਇਹ ਸਨਸ਼ਨਲੀ ਹੈ ਬਾਕੀ ਜਿਹੜਾ ਜ਼ਿਆਦਾ ਇੱਥੇ ਇਸ ਏਰੀਏ ਦੇ ਵਿੱਚ ਜਿਹੜੇ ਬੇੜੇ ਹੈਗੇ ਉਹ ਮਾਲ ਢੋਣ ਦੇ ਲਈ ਵਰਤੇ ਜਾਂਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਵੇਂ ਜਿਵੇਂ ਅਸੀਂ ਅੱਗੇ ਵੱਧ ਰਹੇ ਹਾਂ ਉਵੇਂ ਪਾਣੀ ਵੀ ਵੱਧ ਰਿਹਾ ਹੈਗਾ ਆਹ ਦੇਖੋ ਪੂਰਾ ਘੈਂਟ ਮਾਹੌਲ ਗੱਲਬਾਤ ਅੱਗੇ ਜਿਹੜੇ ਬੇੜੇ ਖੜੇ ਹੈਗੇ ਆ ਉਹ ਦੂਜੇ ਸਮਾਨ ਢੋਣ ਵਾਲੇ ਹੈਗੇ ਆ ਉਹ ਤੇ ਪਾਣੀ ਵੀ ਜਿਹੜਾ ਹੈਗਾ ਕਾਫੀ ਸਾਫ ਹੈ ਐਡੀ ਵੀ ਨਿਕਲ ਰਹੀ ਹੈ ਡਰਾਈਵਰ ਦੇਖੋ ਤੁਸੀਂ ਮਾਂ ਤੁਜੇ ਸਲਾਮ ਝੰਡਾ ਲਾਇਆ ਹੋਇਆ ਤੇ ਦਿਖਾਉਣਾ ਦੂਜਾ ਬੇੜਾ ਵੀ ਜਿਹੜਾ ਸਵਾਰੀ ਕਰਕੇ ਵਾਪਸ ਆ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਟਰਾਂਸਪੋਰਟੇਸ਼ਨ ਦੇ ਲਈ ਜਿਹੜੇ ਵੱਡੇ ਵੱਡੇ ਇਹਨਾਂ ਨੇ ਯੂਜ਼ ਕਰਦੇ ਹੈਗੇ ਕੋਈ ਤੇਲ ਟਰਾਂਸਪੋਰਟ ਹੁੰਦਾ ਹੈਗਾ ਖਣਿਜ ਪਦਾਰਥ ਟਰਾਂਸਪੋਰਟ ਹੁੰਦੇ ਆ ਕਈ ਸਮਾਨ ਮਤਲਬ ਜਿਹੜਾ ਕੀ ਹੈ ਇਹ ਢੋਂਦੇ ਨੇ ਇਹਨਾਂ ਚੀਜ਼ਾਂ ਤੇ ਆ ਜਹਾਜ਼ ਬਣੇ ਹੋਏ ਇੱਥੋਂ ਤੱਕ ਕਿ ਮੋਟਰਸਾਈਕਲ ਵੀ ਢੋਂਦੇ ਨੇ ਆਪਾਂ ਦੇਖਿਆ ਹੀ ਆ ਤੇ ਜਿਵੇਂ ਤੁਹਾਨੂੰ ਅਸੀਂ ਦਿਖਾਇਆ ਸੀ ਪਹਿਲਾਂ ਐਮਵੀ ਪ੍ਰਤਿਮਾ ਉਹ ਇਹੀ ਚੀਜ਼ ਹੈ ਇੱਕ ਤਰ੍ਹਾਂ ਨਾਲ ਉਹਦੇ ਹੋਰ ਮਾਡਲ ਨੇ ਇੱਕ ਵੱਖਰੀ ਜਿਹੜਾ ਹੈਗਾ ਇੱਥੋਂ ਦੁਨੀਆ ਹੈਗੀ ਆ ਇਹਨਾਂ ਨੇ ਬਾਈ ਸਾਰਾ ਕੁਝ ਰੱਖਿਆ ਹੋਇਆ ਵਿੱਚ ਸਾਰਾ ਕੁਝ ਏ ਟੂ ਜ਼ੈਡ ਉਹ ਦੇਖੋ ਰਹਿਣ ਦਾ ਵੀ ਸਾਰਾ ਪ੍ਰਬੰਧ ਹੈ ਰਹਿਣ ਦਾ ਵੀ ਸਾਰਾ ਪ੍ਰਬੰਧ ਹੈ ਉਹ ਕੱਪੜੇ ਸੁੱਕਣੇ ਪਏ ਆ ਬਗੀਚੇ ਗਮਲੇ ਲਾਏ ਆ ਹਨਾ ਬਾਥਰੂਮ ਪੂਰੇ ਸਟੈਂਡਰਡ ਦੇ ਬਣਾਏ ਆ ਘਰ ਵਾਲਾ ਮਾਹੌਲ ਆ ਪੂਰਾ ਇਹਨਾਂ ਦੇ ਵਿੱਚ ਮਤਲਬ ਕਿ ਇਹਨਾਂ ਦਾ ਘਰ ਹੈ ਇਹ 24 ਘੰਟੇ ਇੱਥੇ ਹੀ ਰਹਿੰਦੇ ਆ ਕਿਉਂਕਿ ਇਹਨਾਂ ਦਾ ਟਰਾਂਸਪੋਰਟ ਦਾ ਕੰਮ ਹੈ ਇੱਥੇ ਕੱਪੜੇ ਧੋਂਦੇ ਸਾਰਾ ਕੁਝ ਖਾਣਾ ਪੀਣਾ ਬਣਾਉਂਦੇ ਕਰਦੇ ਸਾਰਾ ਕੁਝ ਮੈਂ ਕਿਹਾ ਏ ਟੂ ਜ਼ੈਡ ਮੈਂ ਕਿਹਾ ਯਾਰ ਸਾਡੇ ਕੰਨੀ ਦੇਖੋ ਕਿਵੇਂ ਦੇਖਦੇ ਆ ਵੀ ਅਸੀਂ ਜਿਵੇਂ ਇੱਕ ਫੋਰਨ ਤੋਂ ਆਏ ਹੁੰਦੇ ਹਨਾ ਧਾਰਮਿਕ ਸ਼ਖਸੀਅਤਾਂ ਤੋਂ ਬਾਅਦ ਥੋੜਾ ਜਿਹਾ ਮਨ ਸ਼ਾਂਤ ਮੂਵਮੈਂਟ ਦੇ ਵਿੱਚ ਆਈ ਹੋਈ ਯਾਤਰੀ ਜਿਹੜੇ ਹੈਗੇ ਆ ਤੇ ਚਿਹਰੇ ਤੇ ਪੂਰਾ ਗਲੋ ਹੈ ਕਿਉਂਕਿ ਸਫ਼ਰ ਜਿਹੜਾ ਹੈਗਾ ਬਹੁਤ ਲੰਬਾ ਹੈਗਾ ਪਾਰ ਲੰਘਣਾ ਸਾਡੇ ਗੁਰਾਂ ਨੇ ਜਹਾਜ ਬਣਾਇਆ ਅੱਜ ਦਿਨੇ ਪਾਰ ਲੰਘਣਾ ਨੇ ਜਹਾਜ ਬਣਾਇਆ ਅੱਜ ਦਿਨੇ ਪਾਰ ਲੰਘਣਾ ਸਾਡੇ ਗੁਰਾਂ ਨੇ ਜਹਾਜ ਬਣਾਇਆ ਅੱਜ ਦਿਨੇ ਪਾਰ ਲੰਘਣਾ ਬੈਠਾ ਪਤਨ ਤੇ ਰੋਵੇ ਨਰਮੀ ਕੰਡੇ ਪਾਰ ਲੰਘੇ ਪਾਪੀ ਬੈਠਾ ਪਤਨ ਤੇ ਰੋਵੇ ਨਰਮੀ ਕੰਡੇ ਤਾਂ ਗੁਰੀ ਬਹਿ ਗਏ ਆ ਪੂਰਾ ਚੜ ਕੇ ਉੱਤੇ ਬੋਟ ਦੇ ਉੱਤੇ ਪੂਰਾ ਆਰਾਮ ਫਰਮਾ ਰਹੇ ਆ ਨਜ਼ਾਰਾ ਆ ਰਿਹਾ ਪੂਰਾ ਆਨੰਦ ਇਹਨਾਂ ਨੂੰ ਇਹਨਾਂ ਦਾ ਜੀ ਨੀ ਕਰ ਰਿਹਾ ਆਸਾਮ ਤੋਂ ਜਾਣ ਦੇ ਲਈ ਸਾਡੇ ਨਾਲ ਦੇ ਜਿਹੜੇ ਹੈਗੇ ਦੂਜੇ ਯਾਤਰੀ ਉਹ ਦੂਜੀ ਸ਼ਿਪ ਦੇ ਵਿੱਚ ਜਾ ਰਹੇ ਹੈਗੇ ਆ ਤਾਂ ਬੜੀ ਫਾਕੀ ਰਾਈਡ ਸ਼ੁਰੂ ਹੋ ਗਈ ਹੈ ਸਿਟੀ ਵਾਲੇ ਡਰਾਈਵਰ ਸਾਹਿਬ ਵੀ ਸਾਡੇ ਉੱਧਰ ਹੀ ਬੈਠੇ ਆ ਬਜ਼ੁਰਗ ਬਾਬੇ ਸਾਰੇ ਸਾਡੇ ਉੱਧਰ ਬੈਠੇ ਆ ਕਿਸਾਨ ਵੀਰ ਦੇਖੋ ਜਿਹੜਾ ਛੋਲੀਆ ਮੰਡੀ ਦੇ ਵਿੱਚ ਲੈ ਕੇ ਚੱਲੇ ਆ ਇੱਕ ਮੰਡੀ ਤੋਂ ਲੈ ਕੇ ਦੂਜੀ ਮੰਡੀ ਦੇ ਵਿੱਚ ਆ ਗਏ ਵਾਪਸ
ਪੱਤਰ ਸਾਹਿਬ ਗੁਰਦੁਆਰੇ ਨਾ ਉਹਦੇ ਕੋਲ ਆ ਗਏ ਤਾਂ ਅਸੀਂ ਜਿੱਥੋਂ ਚੱਲੇ ਸੀ ਉੱਥੇ ਹੀ ਪਹੁੰਚਣ ਵਾਲੇ ਆ ਤੇ ਲਗਭਗ ਜਿਹੜਾ ਕਿਨਾਰੇ ਦੇ ਨਜ਼ਦੀਕ ਪਹੁੰਚ ਚੁੱਕੇ ਆ ਅੱਧੇ ਘੰਟੇ ਦੀ ਜਿਹੜੀ ਸੀ ਬੋਟਿੰਗ ਰਾਈਡ ਸੀਗੀ ਬੇੜਾ ਪਾਰ ਲੱਗ ਗਿਆ ਸਾਡਾ ਵਾਕਈ ਸਹੀ ਗੱਲ ਆ ਸਤਿਗੁਰ ਨੇ ਜਹਾਜ਼ ਬਣਾਇਆ ਆਇਓ ਜੀ ਨੇ ਪਾਰ ਲੰਘਣਾ ਤਾਂ ਅੱਧੇ ਘੰਟੇ ਦੀ ਜਿਹੜੀ ਰਾਈਡ ਹੈ ਸਾਡੀ ਬਹੁਤ ਹੀ ਸ਼ਾਨਦਾਰ ਰਹੀ ਹਰੇਕ ਤੁਸੀਂ ਦੇਖਿਆ ਹਰੇਕ ਦੇ ਚਿਹਰੇ ਤੇ ਪੂਰੀ ਰੌਣਕ ਸੀ ਪੂਰਾ ਗਲੋ ਸੀਗਾ ਤੇ ਆਪਦੇ ਆਪ ਨੂੰ ਸਟ੍ਰੈਸ ਫ੍ਰੀ ਸਮਝ ਰਿਹਾ ਸੀ ਹਰੇਕ ਬੰਦਾ ਜ਼ਿੰਦਗੀ ਦੇ ਵਿੱਚ ਤਾਂ ਜਦੋਂ ਤੁਸੀਂ ਵੀ ਆਓ ਤਾਂ ਜੇ ਟਾਈਮ ਲੱਗੇ ਤਾਂ ਇਹਦੇ ਵਿੱਚ ਰਾਈਡ ਜ਼ਰੂਰ ਕਰਿਓ ਤਾਂ ਇੱਥੇ ਅਸੀਂ ਸਾਡੀ ਬੋਟਿੰਗ ਰਾਈਡ ਫਿਨਿਸ਼ ਹੋ ਗਈ ਹੈ ਤੇ ਜਿਹੜੇ ਸਟੇਸ਼ਨ ਤੋਂ ਆਪਾਂ ਚੱਲੇ ਸੀ ਉੱਥੇ ਆਪਾਂ ਫਿਰ ਆ ਗਏ ਹਾਂ ਤੇ ਆਹ ਦੇਖੋ ਬਹੁਤ ਹੀ ਆਨੰਦ ਆਇਆ ਉਤਾਰਨ ਲੱਗੇ ਆਪਾਂ ਨੂੰ ਤੇ ਯਾਤਰੀ ਜਿਹੜੇ ਸਾਡੇ ਸਾਰੇ ਬਾਹਰ ਆ ਗਏ ਆ ਤੁਸੀਂ ਦੇਖੋ ਇਹਨਾਂ ਨੇ ਕਿੱਦਾਂ ਦੇ ਅਰੇਂਜਮੈਂਟ ਕੀਤੇ ਆ ਇੱਕ ਫੱਟਾ ਜਿਹਾ ਲਾਇਆ ਹੋਇਆ ਆਰਟੀਫਿਸ਼ੀਅਲ ਨਾਲ ਉਹਦੇ ਜਿਹੜਾ ਹੈਗਾ ਬਾਂਸ ਟੰਗਿਆ ਹੋਇਆ ਜਿਵੇਂ ਲੇਡੀਜ਼ ਨੂੰ ਡਰ ਵਗੈਰਾ ਲੱਗਦਾ ਤਾਂ ਉਹਦੇ ਲਈ ਕੋਈ ਦਿੱਕਤ ਨਹੀਂ ਤਾਂ ਐ ਪੂਰਾ ਖਿਆਲ ਵੀ ਰੱਖਦੇ ਆ ਬਾਈ ਐ ਨੀ ਹੈਗੀ ਇਕੱਲੀ ਗੱਲਬਾਤ ਤਾਂ ਇਹ ਜਿਹੜਾ ਹੈਗਾ ਸ਼ਿਪ ਇਹ ਥੋੜ੍ਹਾ ਲਗਜ਼ਰੀ ਸ਼ਿਪ ਹੈ ਉਹ ਜਿਹੜਾ ਸੀਗਾ ਉਹ ਟਰਾਂਸਪੋਰਟੇਸ਼ਨ ਲਈ ਜਿਹਦੇ ਆਪਾਂ ਕੀਤੀ ਸੀ ਯਾਤਰਾ ਤਾਂ ਇਹਦੇ ਆਪਾਂ ਅੰਦਰ ਚੱਲਦੇ ਹਾਂ ਕੈਬਿਨ ਵਗੈਰਾ ਪੂਰਾ ਬਣਿਆ ਹੋਇਆ ਖਾਣ ਪੀਣ ਦਾ ਵੀ ਇਹਦੇ 'ਚ ਸਿਸਟਮ ਪੂਰਾ ਹੈਗਾ ਅਤੇ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਕਹਿਣ ਦਾ ਮਤਲਬ ਤਾਂ ਉੱਤੇ ਵੀ ਰਾਹ ਜਾਂਦਾ ਹੈ ਦੇਖਦੇ ਹਾਂ ਆਪਾਂ ਜਿਹੜਾ ਕੈਪਟਨ ਹੈਗਾ ਉਹ ਉੱਪਰ ਹੀ ਬੈਠਾ ਗਾ ਤਾਂ ਇਸ ਵਕਤ ਅਸੀਂ ਸਮੁੰਦਰੀ ਜਹਾਜ਼ ਦੇ ਕੈਬਿਨ ਦੇ ਵਿੱਚ ਬੈਠੇ ਹਾਂ ਸਾਰੀਆਂ ਸੰਗਤਾਂ ਇੱਥੇ ਮੌਜੂਦ ਹੈ ਡਰਾਈਵਰ ਸਾਹਿਬ ਨੇ ਆਪਾਂ ਨੂੰ ਸਾਰਾ ਡਿਟੇਲ ਦੇ ਵਿੱਚ ਦੱਸਿਆ ਕੀ ਹਿਸਾਬ ਕਿਤਾਬ ਹੈ ਕਿਵੇਂ ਚੱਲਦਾ ਹੈ ਕੀ ਫੰਕਸ਼ਨਿੰਗ ਹੈ ਇਹਦੀ ਤਾਂ ਆਪਕਾ ਨਾਮ ਕਿਆ ਸਰ ਮੇਰਾ ਨਾਮ ਸ਼ੇਫੁਲ ਸ਼ੇਫੁਲ ਆਪ ਕੋਲਕਾਤਾ ਸੇ ਹੋ ਜੀ ਕੋਲਕਾਤਾ ਕਿਤਨੀ ਟਾਈਮ ਸੇ ਆਪ ਇਹ ਸਰਵਿਸ ਕਰ ਰਹੇ ਹੋ ਅਭੀ ਤੋ ਮੇਰਾ 15 ਸਾਲ ਹੋ ਗਿਆ ਸਿਰਫ ਦਿਖਾ ਗਏ ਮੈਂ ਤਾਂ ਬੰਦਾ ਅੱਛਾ ਜੀ ਆਪਕਾ ਬਹੁਤ ਬਹੁਤ ਸ਼ੁਕਰੀਆ ਫਟਾ ਜਾ ਕੇ ਬਤਾਏਗੇ ਧੰਨਵਾਦ ਤੁਸੀਂ ਨਾਲੇ ਮੂਵੀ ਸ਼ਿਫਟ ਛੱਡ ਦੇ ਇਹਦੇ ਵਿੱਚ ਜਾਣ ਦੀ ਸਾਡੀ ਸੈਟਿੰਗ ਨਹੀਂ ਆਉਣੀ ਕਿਉਂਕਿ ਇਹਨੇ ਚੱਲਣਾ ਹੈਗਾ ਅੱਜ ਦੁਪਹਿਰੇ 2:30 ਵਜੇ ਤੇ ਸਵੇਰੇ ਇਹਨੇ ਆਣਾ ਜਦਕਿ ਸਵੇਰੇ ਅਸੀਂ 3:00 ਵਜੇ ਇੱਥੋਂ ਨਿਕਲ ਜਾਣਾ ਤੇ ਇਹਨਾਂ ਨੇ ਜਿਹੜਾ ਆਉਣਾ 7:30 ਵਜੇ ਤਾਂ ਇਹਨਾਂ ਨਾਲ ਸਾਡੀ ਜਿਹੜੀ ਮੈਚਿੰਗ ਨਹੀਂ ਹੋਈ ਕਿਉਂਕਿ ਇਹਨਾਂ ਦਾ ਰੂਟ ਕਾਫੀ ਲੰਮਾ ਹੈਗਾ ਤੇ ਬੰਗਲਾਦੇਸ਼ ਦੇ ਵਿੱਚ ਜਾਂਦੇ ਹੈਗੇ ਤਾਂ ਜਿਹੜਾ ਆਪਾਂ ਲੋਕਲ ਦੀ ਤਾਂ ਹੀ ਆਪਾਂ ਫਿਰ ਉਹਨੂੰ ਚੂਜ਼ ਕੀਤਾ ਟਰਾਂਸਪੋਰਟੇਸ਼ਨ ਨੂੰ ਰਾਈਡ ਕਰਨ ਤੋਂ ਬਾਅਦ ਅਸੀਂ ਇੱਥੇ ਆ ਗਏ ਇੱਥੇ ਲੋਕਲ ਮਾਰਕੀਟਾਂ ਨਾਲ ਹੀ ਨਾ ਦਿੱਲੀ ਬਿਕਰੀ ਹੋ ਗਿਆ ਇੱਥੇ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਜਿਵੇਂ ਦੁੱਧ ਜਿਹੜਾ ਇਸ ਆਹ ਢੋਲਕੀਆਂ ਇਹਦੇ ਵਿੱਚ ਢੋਲਦੇ ਆ ਨਿੱਕੇ ਨਿੱਕੇ ਗਾਗਰਾਂ ਦੀਆਂ ਉਹਦੇ ਵਿੱਚ ਪਾ ਕੇ ਸੇਲ ਕਰਦੇ ਆ ਦੁਕਾਨ ਤੇ ਆਪਾਂ ਆ ਗਏ ਆ ਚਾਹ ਪੀਣ ਕਿਉਂਕਿ ਜਿੱਥੇ ਜਾਓ ਚਾਹ ਤਾਂ ਗੁਰੀ ਨੇ ਪੀਣੀ ਹੁੰਦੀ ਚਾਹ ਤਾਂ ਨਹੀਂ ਇਹਨਾਂ ਕੋਲੇ ਹੈਗੀ ਚਾਹ ਤਾਂ ਨਹੀਂ ਆਪਕੇ ਪਾਸ ਚਾਹ ਤਾਂ ਅੱਛਾ ਚਾਹ ਹੈ ਨਹੀਂ ਨਮਕੀਨ ਲੈ ਲਓ ਇਹਨਾਂ ਤੋਂ ਹਾਂ ਤਾਂ ਇਹਨਾਂ ਕੋਲੇ ਦੇਖੋ ਸਾਰੀਆਂ ਵੱਖਰੀਆਂ ਚੀਜ਼ਾਂ ਜਿਹੜੀਆਂ ਇਹ ਕਿਹਾ 20 ਅਗਲੇ ਪੜਾਅ ਵੱਲ ਨੂੰ ਦੇਖਦੇ ਆ ਇੱਥੇ ਹੋਰ ਕੀ ਆ ਸ਼ਾਮ ਦੇ ਵਿੱਚ ਤੇ ਤੁਹਾਨੂੰ ਵੀ ਨਾਲ ਨਾਲ ਦਿਖਾਉਂਦੇ ਆ ਕੀ ਰੇਟ ਹੈ ਫਰੂਟ ₹100 ਕਿਲੋ ਹੈ 100 ਪੂਰਾ 180 160 ਔਰ ਇਹ ਬੇਰ ਗ੍ਰੇਸ 150 ਕਿੰਨਾ 50 ਕੇਜੀ 50 ਕੇਜੀ ਔਰ ਇਹ ਅਨਾਰ 130 ਰੁਪਏ ਅਨਾਰ ਲਾਲ ਲਾਲ ਹੈ ਇੱਥੇ ਨਾ ਕਿੰਨੇ ਰੇਟ 130 ਰੁਪਏ ਅੱਛਾ ਉਹਨਾਂ ਕੋਲ ਤਾਂ ਚਾਹ ਹੈ ਨਹੀਂ ਸੀ ਤੇ ਸੋਹਾ ਸਾਨੂੰ ਹੁਣ ਅੱਗੇ ਨਿੱਕਾ ਹਾ ਮਿਲਿਆ ਢਾਬਾ ਛੋਟਾ ਜਿਹਾ ਇਹਦੇ ਕੋਲ ਹੈਗੀ ਹੈ ਇਹਨਾਂ ਕੋਲ ਚਾਹ ਤੇ ਚਾਹ ਪੀਨੇ ਆ ਆਪਾਂ ਇੱਥੇ ਤਾਂ ਚਾਹ ਜਿਹੜੀ ਆਪਾਂ ਆਰਡਰ ਕਰਤੀ ਹੈ ਲੈ ਇੱਥੇ ਅਸੀਂ ਇੱਕ ਚੀਜ਼ ਆ ਵੀ ਆਰਡਰ ਕੀਤੀ ਆ ਚਾਹ ਚਿੜਵੜੇ ਹੈ ਤੇ ਇਹ ਇਦਾਂ ਸਰਵ ਕਰਦੇ ਆ ਆਪਾਂ ਨੂੰ ਕੱਲੀ ਪੈਕਟ ਨਹੀਂ ਦਿੱਤਾ ਇਹਨਾਂ ਨੇ ਪੂਰਾ ਮਾਣ ਸਤਿਕਾਰ ਦੇ ਨਾਲ ਐ ਖੋਲ ਕੇ ਦਿੰਦੇ ਆ ਚਾਹ ਦੇ ਨਾਲ ਚਿੜਵੜੇ ਜਿਹੜਾ ਚਾਹ ਦਾ ਕੱਪ ਹੈ ਇਹਨਾਂ ਦਾ ਬਹੁਤ ਹੀ ਛੋਟਾ ਹੈ ਇੱਥੇ ਨਿੱਕਾ ਆ 10 ਰੁਪਏ ਦਾ ਕੱਪ ਹੈ ਤੇ 20 ਰੁਪਏ ਦਾ ਚਿੜਵੜਿਆਂ ਦਾ ਪੈਕਟ ਹੈ ਅੱਧਾ ਇਹਨੇ ਵਿੱਚ ਪਾਤਾ ਤੇ ਅੱਧਾ 12 ਰੁਪਏ ਅੱਧਾ ਪਲੇਟ ਚ ਪਾ ਕੇ ਦੇਤਾ ਆਪਾਂ ਨੂੰ ਤਾਂ ਦੇਖ ਸਕਦੇ ਹੋ ਤੁਸੀਂ ਪਰੌਂਠੇ ਨਾਲ ਸਬਜ਼ੀ ਸਿਰਫ 10 ਰੁਪਏ ਦੀ ਤੇ 20 ਰੁਪਏ ਚ ਬੰਦੇ ਦਾ ਜਿਹੜਾ ਪੇਟ ਆ ਉਹ ਭਰ ਜਾਂਦਾ
ਕੋਈ ਬਾਹਲੀ ਮਹਿੰਗਾਈ ਨਹੀਂ ਲੱਗਦੀ ਇੱਥੇ ਆ ਕੇ ਤੇ ਇਹਨਾਂ ਦੀ ਪਲੇਟਾਂ ਜਿਹੜੀਆਂ ਉਹ ਬਹੁਤ ਨਿੱਕੀਆਂ ਹੀ ਆ ਮੈਂ ਤੁਹਾਨੂੰ ਦਿਖਾਉਂਦੀ ਹਾਂ ਬਿਲਕੁਲ ਨਿੱਕੀ ਜਿਹੀ ਪਲੇਟ ਆ ਵੀਡੀਓ ਚ ਸ਼ਾਇਦ ਨਾ ਕਲੀਅਰ ਹੋ ਰਿਹਾ ਹੋਵੇ ਪਰ ਜਿਵੇਂ ਇੱਕ ਆਪਣੀ ਕੋਲੀ ਹੁੰਦੀ ਹੈ ਡਿਸ਼ ਪਲੇਟ ਉਵੇਂ ਇਹਨਾਂ ਦੀ ਨਿੱਕੀ ਜਿਹੀ ਪਲੇਟ ਆ ਤੇ ਇੱਥੇ ਅਸੀਂ ਚਾਹ ਦੇ ਨਾਲ ਪਰੌਂਠਾ ਚੱਕਣ ਲੱਗੇ ਹਾਂ ਕਿਉਂਕਿ ਬੋਟਿੰਗ ਕਰਕੇ ਸਾਨੂੰ ਬਹੁਤ ਭੁੱਖ ਲੱਗ ਗਈ ਹੈ ਤੇ ਪੇਟ ਪੂਜਾ ਕਰਦੇ ਹਾਂ ਆਪਾਂ ਤੇ ਜਿਵੇਂ ਹਜ਼ੂਰ ਸਾਹਿਬ ਮਿਰਚਾਂ ਵੱਧ ਪਾਉਂਦੇ ਨੇ ਹਰੇਕ ਚੀਜ਼ ਦੇ ਵਿੱਚ ਹੋਟਲਾਂ ਹੋਟਲਾਂ ਵਾਲੇ ਆ ਇੱਥੇ ਵੀ ਮਿਰਚ ਜਿਹੜੀ ਹੈਗੀ ਹੈ ਪੂਰੀ ਫੁੱਲ ਹੈ ਕਰਾਰਾ ਖਾਂਦੇ ਆ ਇੱਥੋਂ ਦੇ ਲੋਕ ਆਸਾਮ ਦੇ ਹਰੇਕ ਚੀਜ਼ ਇਹ ਭੁਜੀਆ ਵੀ ਬਹੁਤ ਖਾਂਦੇ ਅਸੀਂ ਭੁਜੀਆਂ ਦੇ ਪੈਕਟ ਲਿਆਉਂਦੇ ਹਾਂ ਪੰਜ ਸੱਤ ਵੱਖਰੇ ਤਰ੍ਹਾਂ ਦੇ ਭੁਜੀਏ ਸੀ ਇਹਨਾਂ ਦੇ ਲੋਕਲ ਜਿਹੜੇ ਬਣੇ ਹੋਏ ਸੀਗੇ ਤਾਂ ਹੁਣ ਅਸੀਂ ਪਰੌਂਠਾ ਵੀ ਟਰਾਈ ਕਰਦੇ ਹੈਗੇ ਤਾਂ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਵਾਪਸ ਗੁਰਦੁਆਰਾ ਸਾਹਿਬ 'ਚ ਕਿ ਜੇ ਤੁਸੀਂ ਵਲੌਗ ਨੂੰ ਐਂਡ ਤੱਕ ਦੇਖਿਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਲੌਗ ਨੂੰ ਐਂਡ ਤੱਕ ਦੇਖਣ ਦੇ ਲਈ ਤੇ ਸਾਡਾ ਫਸਟ ਟਾਈਮ ਦਾ ਇਹ ਐਕਸਪੀਰੀਅੰਸ ਸੀ ਇੰਨੀ ਦੂਰ ਦਾ ਜਿਹੜਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ 2500 ਕਿਲੋਮੀਟਰ ਦੇ ਸਫ਼ਰ ਦੇ ਗੁਰਦੁਆਰੇ ਦਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਪੋਰਟ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਤੇ ਜੇ ਚੈਨਲ ਨੂੰ ਹਜੇ ਤੱਕ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਇਹਨਾਂ ਦੇ ਹੋਰ ਵਲੌਗਸ ਲਈ ਸਾਡੇ ਨਾਲ ਜੁੜੇ ਰਹੋ